ਸਰਦਾਰ ਗੁਰਜੀਤ ਸਿੰਘ ਅਤੇ ਸਮੁੱਚੀ ਸੰਗਤ ਦੇ ਉਪਰਾਲੇ ਦੇ ਨਾਲ ਇੱਥੇ ਹਰ ਵਰ੍ਹੇ ਜਿਹੜੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ, ਜਿਹਦੇ ਵਿੱਚ ਬਹੁਤ ਹੀ ਚੰਗੇ ਖਿਡਾਰੀ, ਚਾਹੇ ਲੜਕੀਆਂ ਦੀਆਂ ਟੀਮਾਂ ਨੇ ਅਤੇ ਲੜਕਿਆਂ ਦੀਆਂ ਟੀਮਾਂ ਨੇ ਅਤੇ ਹੋਰ ਵੀ। ਮੈਂ ਸਮਝਦਾ ਜਿਸ ਤਰੀਕੇ ਨਾਲ ਇਸ ਧੀਰਪੁਰ ਦੀ ਸਮੁੱਚੀ ਸੰਗਤ ਦਾ ਉਪਰਾਲਾ ਇਹਨਾਂ ਨੇ ਇਹ ਅਜਿਹੀਆਂ ਖੇਡਾਂ ਜਿਹੜੀਆਂ ਹਰ ਵਰ੍ਹੇ ਕਰਵਾਉਂਦੇ ਨੇ, ਇਸੇ ਤਰੀਕੇ ਨਾਲ ਜੇ ਅਸੀਂ ਪਿੰਡ ਪਿੰਡ ਦੇ ਵਿੱਚ ਖੇਡਾਂ ਕਰਵਾਈਏ, ਸ਼ਹਿਰਾਂ 'ਚ ਮੁਹੱਲਿਆਂ 'ਚ ਖੇਡਾਂ ਕਰਵਾਈਏ, ਇਹਦੇ ਨਾਲ ਜਿੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉੱਥੇ ਸਾਡੀ ਨੌਜਵਾਨ ਪੀੜ੍ਹੀ ਜਿਹਦੇ ਲਈ ਅਸੀਂ ਅੱਜ ਚਿੰਤਿਤ ਹਾਂ, ਉਹ ਪੀੜ੍ਹੀ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਮਜ਼ਬੂਤ ਹੋਏਗੀ। ਪੰਜਵਾਂ ਜਿਹੜਾ ਹੈਗਾ ਕਬੱਡੀ ਕੰਪੀਟੀਸ਼ਨ ਕਰਵਾਇਆ ਜਾ ਰਿਹਾ, ਉਹਦੇ ਵਿੱਚ ਬਹੁਤ ਨਾਮੀ ਟੀਮਾਂ ਸਾਡੇ ਇਲਾਕੇ ਤੋਂ ਇੰਟਰ ਡਿਸਟ੍ਰਿਕਟ ਪੰਜਾਬ ਲੈਵਲ ਤੋਂ ਬੇਟੀਆਂ ਦੀ ਟੀਮ, ਲੜਕੀਆਂ ਦੀ ਵੀ ਟੀਮਾਂ ਆਈਆਂ। ਬਹੁਤ ਖੁਸ਼ੀ ਦੀ ਗੱਲ ਆ, ਬਹੁਤ ਵੱਡਾ ਉੱਦਮ ਹੈ। ਪਿੰਡ ਧੀਰਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸੋ ਸਾਨੂੰ ਜੋ ਵਰਲਡ ਕੱਪ ਦੇਖ ਕੇ ਸਾਨੂੰ ਵੀ ਹੌਸਲਾ ਹੋਇਆ ਅਤੇ ਅਸੀਂ ਵੀ ਇੱਕ ਟੂਰਨਾਮੈਂਟ ਛੋਟੇ ਜਿਹੇ ਤੋਂ ਸ਼ੁਰੂ ਕੀਤਾ ਸੀ। ਸੋ ਐਤਕੀ ਪੰਜਵਾਂ ਜੋ ਵਰਲਡ ਕੱਪ ਅਸੀਂ ਕਰਵਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰੇਕ ਸਾਲ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ। ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ।